ਬੀਤੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਗਰਭਵਤੀ ਮਹਿਲਾ ਦੀ ਵੀਡੀਓ ਜਿਸ ਵਿੱਚ 8 ਮਹੀਨਿਆਂ ਦੀ ਗਰਭਵਤੀ ਮਹਿਲਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਗੁਰਦਾਸਪੁਰ ਦੇ ਵਟਾਲਾ ਰੋਡ ਤੇ ਕੜੀ ਚਾਵਲ ਵੇਚਣ ਲਈ ਮਜਬੂਰ ਸੀ। ਦੱਸਣਯੋਗ ਹੈ ਕਿ ਇਸ ਗਰਭਵਤੀ ਮਹਿਲਾ ਰਜਨੀ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ, ਜਿਸ ਦੇ ਚੱਲਦੇ ਕੜੀ ਚਾਵਲ ਵੇਚਣ ਦਾ ਕੰਮ ਸ਼ੁਰੂ ਕਰਕੇ ਹੌਸਲੇ ਦੀ ਮਿਸਾਲ ਪੈਦਾ ਕੀਤੀ ਸੀ ਅਤੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਸ ਦੀ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਜੋ ਆਪਣੇ ਬੱਚੇ ਅਤੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ। ਉਪਰੰਤ ਇਹ ਮਾਮਲਾ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਮੈਨ ਪਰਸਨ ਮੁਨੀਸ਼ਾ ਗੁਲਾਟੀ ਜੀ ਦੇ ਧਿਆਨ ਵਿੱਚ ਆਇਆ, ਜਿਸ ਦੇ ਚੱਲਦਿਆਂ ਉਹਨਾਂ ਨੇ ਗੁਰਦਾਸਪੁਰ ਦੇ ਬਟਾਲਾ ਰੋਡ 'ਤੇ ਪਹੁੰਚ ਕੇ ਉਕਤ ਗਰਭਵਤੀ ਮਹਿਲਾ ਨਾਲ ਗੱਲਬਾਤ ਕੀਤੀ, ਉਸਦਾ ਹਾਲ ਜਾਣਿਆ। ਉਹਨਾਂ ਦੱਸਿਆ ਕਿ ਮਹਿਲਾ ਦੀ 20,000 ਮਦਦ ਕੀਤੀ ਗਈ ਹੈ ਅਤੇ ਪੈਨਸ਼ਨ ਲਗਾਉਣ ਦੇ ਨਾਲ ਨਾਲ ਇੱਕ ਕਾਊਂਟਰ ਲਗਾ ਕੇ ਉਸਦਾ ਪੱਕਾ ਅੱਡਾ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਇਸ ਮੌਕੇ ਗਰਭਵਤੀ ਮਹਿਲਾ ਰਜਨੀ ਨੇ ਮਨੀਸ਼ਾ ਗੁਲਾਟੀ ਦਾ ਧੰਨਵਾਦ ਵੀ ਕੀਤਾ। ਪੰਜਾਬ ਨੂੰ ਅਪੀਲ ਕਰਦੀ ਹਾਂ ਕਿ ਸਾਡੀ ਇਹ ਬੱਚੀ ਬੜੀ ਹਿੰਮਤ ਵਾਲੀ ਹੈ, ਇਹਦੇ ਜਜ਼ਬੇ ਨੂੰ ਸਨਮਾਨ ਦੇਣ ਆਈ ਹਾਂ, ਸਲਿਊਟ ਕਰਨ ਆਈ ਹਾਂ ਕਿ ਬੜੀ ਹਿੰਮਤ ਦਿਖਾਈਏ, ਦਿਖਾਇਆ ਹੈ ਕਿ ਔਰਤ ਕਮਜ਼ੋਰ ਨਹੀਂ ਹੁੰਦੀ ਅਤੇ ਮੈਂ ਇਹਦੀ ਹਿੰਮਤ ਨੂੰ ਬਹੁਤ ਐਪਰੀਸ਼ੀਏਟ ਕਰਦੀ ਹਾਂ। ਦੂਸਰਾ, ਇਹਦੀ ਜਿਹੜੀ ਪ੍ਰੋਬਲਮਸ ਹੈਗੀਆਂ ਨੇ, ਇਹਨੇ ਮੈਨੂੰ ਦੱਸਿਆ ਕਿ ਹਾਲਾਤ ਤੋਂ ਗੁਜ਼ਰ ਰਹੀ ਹੈ, ਸਰਕਾਰ ਨੂੰ ਅਪੀਲ ਕਰਾਂਗੇ ਕਾਰਪੋਰੇਸ਼ਨ ਤੋਂ ਇਹਨੂੰ ਇੱਕ ਦਵਾ ਦਿੱਤਾ ਜਾਏ, ਸਟੋਲ ਦਵਾ ਦਿੱਤਾ ਜਾਏ, ਜਿਹਦੇ ਨਾਲ ਆਉਣ ਵਾਲਾ ਸਮੇਂ ਇਹਦਾ ਇੱਕ ਬੇਟਾ ਹੈਗਾ ਜਿਸ ਸਕੂਲ 'ਚ ਪੜ੍ਹਦਾ, ਉਹਦੀ ਫੀਸ ਦੀ ਸਾਰੀ ਐਜੂਕੇਸ਼ਨ ਦੀ ਰਿਸਪੋਂਸੀਬਿਲਿਟੀ ਆਪਾਂ ਲਵਾਂਗੇ ਅਤੇ ਇਹਨੂੰ ਹੋਰ ਵੀ ਜਿਹੜੀ ਇਹਨੇ ਦੱਸਿਆ ਮੈਨੂੰ ਇਹਦੀ ਡਿਲੀਵਰੀ ਕਿੱਥੇ ਹੋਣੀ ਹੈ, ਹੋਰ ਜਿਹੜੀਆਂ ਪ੍ਰੋਬਲਮਸ ਨੇ ਇਹਨੇ ਮੇਰੇ ਨਾਲ ਸ਼ੇਅਰ ਕੀਤੀਆਂ ਨੇ, ਆਪਾਂ ਪੂਰੀ ਇਹਦੀ ਹੈਲਪ ਕਰਾਂਗੇ। ਪਰ ਫਿਰ ਵੀ ਮੈਂ ਬਹੁਤ ਸਾਰੀਆਂ ਬੱਚੀਆਂ ਨੇ ਪੰਜਾਬ ਵਿੱਚ ਜਿਹੜੀਆਂ ਇਸ ਟਾਈਮ ਆਪਣੇ ਪੈਰਾਂ 'ਤੇ ਖੜੀਆਂ ਹੋਈਆਂ ਨੇ, ਹੋਰ ਆਪਣਾ ਜਿਹੜਾ ਇੱਕ ਹਿੰਮਤ ਔਰ ਜਜ਼ਬਾ ਦਿਖਾ ਰਹੀਆਂ ਨੇ ਅਤੇ ਅੱਜ ਸਭ ਤੋਂ ਪਹਿਲਾਂ ਥੈਂਕਸ ਮੀਡੀਆ ਦਾ ਬੰਦਾ ਹੈ ਜਿਨ੍ਹਾਂ ਨੇ ਇਹ ਤਸਵੀਰ ਸਾਡੇ ਜਾਂ ਕੁਝ ਲੋਕ ਕਈ ਵਾਰੀ ਨਹੀਂ ਦੇਖ ਪਾਉਂਦੇ ਇਸ ਤਸਵੀਰ ਨੂੰ ਸਾਡੇ ਅੱਗੇ ਲੈ ਕੇ ਆਉਂਦੀ, ਤਾਂ ਮੈਂ ਮੀਡੀਆ ਦੀ ਬਹੁਤ ਪੂਰੇ ਪੰਜਾਬ ਦੀ ਮੀਡੀਆ ਦੀ ਦਿਲ ਤੋਂ ਧੰਨਵਾਦ ਦੀ ਹਾਂ ਜਿਨ੍ਹਾਂ ਨੇ ਆਪਣੇ ਆਪਣੇ ਪਲੇਟਫਾਰਮਸ 'ਤੇ ਇਸ ਵੀਡੀਓ ਨੂੰ ਦਿਖਾਇਆ ਅਤੇ ਮੈਨੂੰ ਅੱਜ ਇੱਥੇ ਤੱਕ ਲੈ ਕੇ ਆਏ। ਉਸ ਤੋਂ ਬਾਅਦ ਸਰਕਾਰ ਨੂੰ ਤਾਂ ਅਪੀਲ ਹੈ ਹੀ ਹੈ, ਸਾਡਾ ਆਪਣਾ ਜਿਹੜਾ ਫਰਜ਼ ਹੈ, ਆਪਾਂ ਟਾਈਮ ਟੂ ਟਾਈਮ ਜਿੱਥੇ ਮੇਰੀ ਨਜ਼ਰ 'ਚ ਇਹੋ ਜਿਹੀ ਲੜਕੀਆਂ ਬੱਚੀਆਂ ਜਿਹੜੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਕੰਮ ਕਰਨਾ ਚਾਹੁੰਦੀਆਂ ਨੇ, ਉਹਨਾਂ ਲਈ ਮੈਂ ਅੱਗੇ ਆਉਂਦੀ ਰਹਾਂਗੀ ਅਤੇ ਆ ਜਾਏ। ਆਰਥਿਕ ਮਦਦ ਤਾਂ ਸਰਕਾਰ ਹੀ ਦੱਸੇਗੀ, ਕਮਿਸ਼ਨ ਦਾ ਜਿਹੜਾ ਫਰਜ਼ ਹੈ ਸਰਕਾਰ ਨੂੰ ਅਪੀਲ ਕਰਨ ਦਾ ਕਿ ਇਹਨੂੰ ਇੱਕ ਸਟਾਲ ਅਲਾਟ ਕੀਤਾ ਜਾਏ, ਕਮਿਸ਼ਨ ਆਪਣੇ ਪੱਧਰ 'ਤੇ ਸਰਕਾਰ ਤੋਂ ਜੋ ਕਰਵਾਉਣਾ ਚਾਹੇਗੀ ਕਰਵਾਏਗੀ।